ਦੇਖ ਲਓ ਵੀ ਜਿਹੜੇ ਤਰਕ ਦਿੰਦੇ ਸੀ ਕਿ ਹੰਕਾਰੀ ਹੈ ਹਮੇਸ਼ਾ ਮੈਂ ਭਾਵ ਕੇ ਆਪਦੇ ਬਾਰੇ ਗਾਉਂਦਾ ਹੈ ਆਪਦੇ ਬਾਰੇ ਲਿਖਦਾ ਹੈ ਥਾਪੀਆਂ ਮਾਰਦਾ ਹੈ ਪਰ ਆ ਦੇਖ ਲਓ ਕਿੱਥੋਂ ਕਿਹੜੇ ਲੈਵਲ ਤੋਂ ਉੱਠ ਕੇ ਇੱਕ ਮਾਂ ਦੇ ਪੁੱਤ ਨੇ ਕਿੱਥੇ ਅੰਬਰਾਂ 'ਚ ਜਾ ਕੇ ਟਾਕੀਆਂ ਲਾਈਆਂ ਇਹਦਾ ਅੰਤ ਵੀ ਤਾਂ ਕੀਤਾ ਕਿਉਂਕਿ ਇਹਦੀ ਕਲਮ ਤੇ ਇਹਦੇ ਬੋਲ ਬਸ ਇੱਕ ਮੁਰਦੇ 'ਚ ਜਾਨ ਨਹੀਂ ਸੀ ਪਾ ਸਕਦੇ ਬਾਕੀ ਹਰ ਮਸਲੇ ਦਾ ਹੱਲ ਕਰਨ ਦੀ ਜ਼ੁਰਤ ਰੱਖਦੇ ਸੀ ਮਸਲੇ ਤੋਂ ਭਾਵ ਜਿਵੇਂ ਪੰਥ ਤੋਂ ਭਟਕੀ ਕੌਮ ਨੂੰ ਜ਼ਿੰਦਗੀ ਤੋਂ ਠੋਕਰਾਂ ਕਾਰੀ ਜਵਾਨੀ ਨੂੰ ਆਪਦੇ ਬਜ਼ੁਰਗਾਂ ਤੋਂ ਚੰਗੇ ਭਵਿੱਖ ਦੀ ਆਸ 'ਚ ਦੂਰ ਹੋ ਰਹੀ ਪੀੜ੍ਹੀ ਨੂੰ ਆਪਦੀ ਮਿੱਟੀ ਆਪਦੇ ਪਿੰਡ ਆਪਦੇ ਸਰੂਪ ਨਾਲ ਜੁੜਨ ਨੂੰ ਇੱਥੋਂ ਤੱਕ ਤਾਂ ਠੀਕ ਸੀ ਪਰ ਜਦੋਂ ਆਪਦੇ ਹੱਕਾਂ ਲਈ ਲੜਨ ਖੜਨ ਤੋਂ ਜਾਣੂ ਕਰਾਉਣ ਲੱਗਾ ਤੇ ਉਦੋਂ ਕੰਮ ਦੀ ਜਵਾਨੀ ਜਿਨ੍ਹਾਂ ਨੂੰ ਸਟੇਟਾਂ ਨੇ ਛੇਵੇਂ ਦਰਿਆ 'ਚ ਡੋਬਣ ਦਾ ਜਾਲ ਬਣਿਆ ਹੋਇਆ ਸੀ ਉਸ ਜਵਾਨੀ ਨੂੰ ਆਪਣੇ ਸ਼ਹੀਦਾਂ ਯੋਧਿਆਂ ਤੋਂ ਜਾਣੂ ਕਰਵਾਇਆ ਨੈੱਟ ਦੇ ਵੱਜਦੀਆਂ ਸਰਚਾਂ ਨੇ ਕਪਾਟ ਖੋਲ ਦਿੱਤੇ ਏਜੰਸੀਆਂ ਵੀ ਚੌਕਸ ਹੋ ਗਈਆਂ ਇੱਕ ਸਧਾਰਨ ਪਿੰਡ ਤੋਂ ਉੱਠ ਕੇ ਇੱਕ ਹਾਸੀ ਖੇਡੀ ਕਲਾਕਾਰੀ ਗੀਤਕਾਰੀ ਕਰਨ ਵਾਲਾ ਜਦੋਂ ਪੰਜਾਬ ਦੇ ਲੋਕਾਂ ਦੇ ਭਲੇ ਲਈ ਡਟ ਕੇ ਅੜੇ ਤਾਂ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਕੋਈ ਔਖਾ ਨਹੀਂ ਸੀ ਤੇ ਇਹ ਤਾਂ ਫੇਰ ਪੜ੍ਹਿਆ ਲਿਖਿਆ ਸੀ ਬੀ ਟੈਕ ਇਲੈਕਟ੍ਰੀਕਲ ਆਇਲੈਟਸ ਤੇ ਚੋਣ ਵਾਲੇ ਧਰਤੀ ਦੇ ਕੋਨੇ ਕੋਨੇ 'ਚ ਨੇ ਮਤਲਬ ਸਿੱਧੂ ਦਾ ਹਜੇ ਵੀ ਵਾਹ ਨਹੀਂ ਪਿਆ ਸਟੇਟਾਂ ਨਾਲ ਪਰ ਇਹਦੀ ਕਲਮ ਪਹਿਲਾਂ ਤਾਂ ਬੋਲੂ ਨਹੀਂ ਪਰ ਜਦੋਂ ਬੋਲੂ ਚੀਕਾਂ ਪਵਾ ਦੂ ਚਾਰ ਸਵੇਰੇ ਕਿਉਂਕਿ ਕਿਸਾਨੀ ਸੰਘਰਸ਼ ਵੇਲੇ ਬਹੁਤ ਭੰਡੀ ਹੋਈ ਸਰਕਾਰ ਦੀ ਕਈ ਮੁਲਕਾਂ 'ਚ ਤੇ ਸਧਾਰਨ ਰਹਿਣੀ ਬਹਿਣੀ ਤੇ ਮਿੱਟੀ ਨਾਲ ਮੋਹ ਵੱਡੇ ਮੁਲਕਾਂ ਨੂੰ ਛੱਡ ਪਿੰਡਾਂ ਦੇ 2-2.5 ਟੈਕਸ ਭਰਨ ਵਾਲਾ ਚਪਲਾਂ 'ਚ ਫਿਰਦਾ ਸਾਡਾ ਸਿੱਧੂ ਸ਼ੈ ਕੀ ਸੀ ਸਭ ਜਾਣ ਚੁੱਕੇ ਸੀ ਪਰ ਮਾਫ਼ ਕਰੀ ਬਾਈ ਅਸੀਂ ਨਾ ਸ਼ੁਕਰੇ ਤੇਰੇ ਗੀਤਾਂ ਤੇ ਨੱਚ ਟੱਪ ਲੈਣਾ ਤੈਨੂੰ ਭੰਡ ਵੀ ਲੈਣਾ ਤੇਰਾ ਜਲੂਸ ਵੀ ਕੱਢ ਜਾਣਾ ਫਿਰ ਤੂੰ ਅੱਕੇ ਨੇ ਲੰਬ ਕੱਢਣੀ ਗੀਤਾਂ ਰਾਹੀਂ ਪੂਰੀ ਲੰਬ ਕੱਢਣੀ ਪਰ ਬਾਈ ਚੱਲਦੇ ਸਾਂ ਤਾਂ ਕਿ ਮਲਾਲ ਰਹੂ ਤੂੰ ਦਿਲ 'ਚ ਬਥੇਰਾ ਕਿਹਾ ਸੀ ਕਿ ਸਾਜ਼ਿਸ਼ਾਂ ਹੋਣ ਡੀਆਂ ਏ ਮੈਂ ਸਹੀ ਹਾਂ ਸੱਚੇ ਸਾਬਤ ਹੋਣ ਲਈ ਮਰਨਾ ਪੈਂਦਾ ਬਾਈ ਪਰ ਅਸੀਂ ਗੋਲਿਆ ਨਹੀਂ ਯਾਰਾ ਮਾਫ਼ ਕਰੀ ਯਾਰਾ